ਦਰਸ 'ਚ। ਅੱਛਾ ਜੀ। ਪੜ੍ਹਦਾ ਹਾਫ 'ਚ ਕੁਰਾਨ ਪੜ੍ਹਦਾ, ਉਹਦਾ ਅੱਬੇ ਵਾਲਦ ਨੇ ਕਿਹਾ ਮੈਂ ਮੌਲਵੀ ਬਣਾਉਣਾ। ਅੱਛਾ ਜੀ। ਲੇਕਿਨ ਉਹਦਾ ਫੀਲਡ ਸੀ ਖੇਡਣ ਵਾਸਤੇ, ਉਹਦਾ ਇੱਕ ਸ਼ੌਕ ਸੀ, ਸ਼ੌਕ ਸੀ ਖੇਡਣ ਵਾਸਤੇ। ਅੱਛਾ ਜੀ। ਉਹ ਆਇਆ ਆ ਕੇ ਤਾਂ ਮੈਨੂੰ ਕਹਿੰਦਾ ਉਸਤਾਦ ਜਿਵੇਂ ਕਬੱਡੀ ਖੇਡਣੀ ਉੱਥੇ ਵੀ ਖੇਡ ਲਾ। ਉਹਦੇ ਬਾਪ ਨੇ ਆਖਿਆ ਨਾ ਕਬੱਡੀ ਛੱਡਣਾ ਖੇਡ, ਇਹਨੂੰ ਉਸਤਾਦ ਹੀ ਭਜਾਓ। ਲੇਕਿਨ ਮੈਂ ਭਜਾਇਆ ਨਹੀਂ ਭਜਿਆ, ਉਹਦੀ ਮੈਂ ਟ੍ਰੇਨਿੰਗ ਸਖਤ, ਬਹੁਤ ਸਖਤ ਕੀਤੀ, ਬਹੁਤ ਹੀ ਸਖਤ ਕਰਤੀ। ਯਾਨੀ ਕਿ ਵਾਲਦ ਸਾਹਿਬ ਨਹੀਂ ਸੀ ਮੰਨਦਾ? ਨਹੀਂ ਮੰਨਦਾ, ਉਹ ਕਹਿੰਦੇ ਸੀ ਅਸੀਂ ਇਹਨੂੰ ਪੜ੍ਹਾਉਣਾ ਅਤੇ ਹਾਫ 'ਚ ਕੁਰਾਨ ਬਣਾ ਕੇ ਮਸਜਿਦ ਦੇ ਇਮਾਮ 'ਚ ਰੱਖਣਾ। ਅਤੇ ਲੇਕਿਨ ਉਹਨੇ ਐਸੀ ਫੀਲਡ ਮੈਨੂੰ ਦਿਖਾਈ ਹੈ, ਉਹਨੂੰ ਮੈਂ ਸਖਤੀ ਬਹੁਤ ਕੀਤੀ ਆ ਦੌੜੇ ਗਰਾਊਂਡ 'ਚੋਂ, ਲੇਕਿਨ ਉਹ ਨਹੀਂ ਦੌੜਿਆ। ਉਹਨੇ ਕਿਹਾ ਉਸਤਾਦ ਜੀ ਮੈਂ ਕਬੱਡੀ ਖੇਡਣੀ ਹੈ, ਨਾਲੇ ਮੈਨੂੰ ਰਾਤੀ ਘੁੱਟਦਾ ਸੀ ਉਹ ਆਪਣੇ ਬੈਠ ਕੇ ਨਾਲ ਰੋਣ ਲੱਗ ਪਿਆ, ਉਸਤਾਦ ਜੀ ਮੈਂ ਕਬੱਡੀ ਖੇਡਣੀ। ਅਤੇ ਮੈਂ ਉਹਦੇ ਬਲਦ ਨੂੰ ਆਖਿਆ, ਮੈਂ ਕਿਹਾ ਚੌਰ ਸਾਹਿਬ ਮੈਂਬਰ ਸਾਹਿਬ ਜਿਹੜਾ ਬੱਚਾ ਖੇਡਣ ਵਾਲਾ ਤੇਰਾ, ਇਨਸ਼ਾਅੱਲਾ ਕਬੱਡੀ ਖੇਡੇਗਾ, ਇਹਨੂੰ ਤੋਂ ਉੱਥੋਂ ਲਿਆ। ਬਾਬਾ ਉਹ ਪਹਿਲਾ ਮੈਚ ਨਾਲੇ ਬੈਜਲੇ ਦਾ ਕਿਹੜਾ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਮਾਸ਼ਾਅੱਲਾ ਇਹ ਹੁਣ ਪਿੱਛੇ ਨਹੀਂ ਰਹਿੰਦਾ, ਇਹ ਦੁਨੀਆ ਦਾ ਸਟਾਰ ਬਣੇਗਾ? ਉਹ ਹੋਇਆ ਸੀ ਝੰਗ ਗਰਾਊਂਡ 'ਤੇ, ਚਰਚੀ ਗਰਾਊਂਡ 'ਤੇ। ਅੱਛਾ ਜੀ। ਮਨਸ਼ਾ ਜਾਫੀ ਸੀ ਪਾਕਿਸਤਾਨ ਲੈਵਲ ਦਾ, ਕਿਉਂ? ਹਾਂਜੀ। ਤਾਂ ਮੈਂ ਉਹਨੂੰ ਆਖਿਆ ਬੈਦੁੱਲਾ ਮਨਸ਼ਾ ਬਹੁਤ ਅੱਛਾ ਜਾਫੀ, ਸਹੀ ਜਾਫੀ ਆ, ਲੇਕਿਨ ਤੂੰ ਇਹ ਤੋਂ ਜੱਫਾ ਨਾ ਖਾਵੇਂ, ਤੇਰਾ ਨਾਂ ਟੰਗਿਆ ਜਾਣਾ। ਕੀ ਬਾਤ ਹੈ। ਉਹਨੇ ਜੱਫਾ ਨਹੀਂ ਤੋਂ ਖਾਧਾ, ਇੱਕ ਲੋਕਲ ਜਿਹਾ ਬੰਦਾ ਅਕਸਰ ਗੁੱਜਰ ਉੱਥੇ ਦਾ ਮੂਹਰੇ ਵਾਲੇ ਦਾ, ਉਹਨੂੰ ਜੱਫਾ ਕੱਢ ਗਿਆ। ਮੈਂ ਕਿਹਦੀ ਖੈਰ, ਮਨਸ਼ਾ ਨਾ ਕੱਢੇ। ਕੀ ਬਾਤ ਹੈ। ਮਨਸ਼ਾ ਨੇ ਜੱਫਾ ਕੋਈ ਨਹੀਂ ਕੀਤਾ, ਉਹ ਨਜ਼ਰਾਂ 'ਚ ਲੋਕਾਂ ਦੀ ਆ ਗਿਆ, ਉਹ ਲੱਗ ਪਾਕਿਸਤਾਨ ਦੇ ਸਟਾਰ ਬਣ ਗਏ। ਇਹ ਲਈਏ ਕਬੱਡੀ ਹੋ ਸਕਦੀ ਹੈ, ਬਿਲਕੁਲ ਬਹੁਤ ਜ਼ਿਆਦਾ ਹੋ ਸਕਦੀ, ਲੇਕਿਨ ਪਿੰਡ ਮਗਰੋਂ ਆਸਰਾ ਕਰ। ਯਾਨੀ ਕਿ ਤੁਸੀਂ ਕਹਿੰਦੇ ਪਿੰਡ ਆਸਰਾ ਨਹੀਂ ਕਰਦਾ, ਪਿੰਡ ਕੋਈ ਪ੍ਰੋਮੋਟਰ ਨਹੀਂ, ਪਿੰਡ ਕੋਈ ਖੜਾ ਨਹੀਂ ਹੁੰਦਾ ਪ੍ਰੋਮੋਟਰ, ਬੋਟਰ ਨਹੀਂ, ਬੱਚੇ ਜਿਹੜੇ ਵੀ ਖੇਡ ਰਹੇ ਨੇ ਆਪਣੇ ਮੂੰਹ ਸਿਰ ਦੇ ਖੇਡ ਰਹੇ ਨੇ। ਉਹਨਾਂ ਕਿੱਡਾ ਅੱਛਾ ਇਵੈਂਟ ਹੋਇਆ। ਹਾਂਜੀ ਬਿਲਕੁਲ, ਕਿਸੇ ਨੇ 5 ਰੁਪਏ ਦਿੱਤੇ, ਸਹੀ ਗੱਲ, ਦਿੱਤੇ ਗੱਲ ਦੋ, ਜੱਫੇ ਹੋਏ ਆ, ਬਿਲਕੁਲ ਸਾਹਿਬ ਆ ਜਿਹਾ, ਜਿੱਧਰ ਆ ਉੱਥੇ ਬੈਠੀ ਕੁਰਸੀਆਂ ਤੇ, ਬਿਲਕੁਲ ਪੁੱਛ ਦੀ ਨਹੀਂ, ਬੱਚੇ ਹੱਕ ਬਣਦਾ 10 ਰੁਪਏ ਲੈਣੇ ਆ, ਬਿਲਕੁਲ ਐਵੇਂ। ਹੁਣ ਛੋਟਾ ਮੁੰਡਾ ਖੇਡ ਗਿਆ, ਜਿਹੜਾ ਚੰਗਾ ਪਰਫਾਰਮ ਕਰੇ ਉਹਦਾ ਹੱਕ ਬਣਦਾ, ਉਹਦੀ ਸਪੋਰਟ ਕਰੋ, ਬਿਲਕੁਲ। ਉਹਨੂੰ ਇੱਥੇ 2-400 ਹੋ ਜਾਂਦਾ, ਉਹਨੇ ਖੁਸ਼ ਹੋਣਾ, ਲੇਕਿਨ ਕਾਹਦੀ ਕੋਈ ਕਬੱਡੀ। ਇਹ ਤਾਂ ਬੱਚੇ ਜਿਹੜੇ ਨਿਕਲ ਗਏ ਨਾ, ਲਈਏ ਪਕੜੇ ਆਰਮੀ 'ਚ ਚਲ ਗਏ, ਅੱਗੇ ਪਿੱਛੇ ਚਲ ਗਏ, ਉਹ ਯਾਰ ਆਪਣੇ ਰੋਜ਼ੀ ਕਮਾ ਰਿਹਾ, ਬਿਲਕੁਲ ਉਹ ਆਪਣੇ ਖੁਦ ਕਰਕੇ ਕਮਾ ਰਿਹਾ। ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਜਿਆਦੀ ਟੈਲੈਂਟ ਪਾਕਿਸਤਾਨ, ਸਾਡੇ ਨਾਲ ਉਸਤਾਦ ਗਾਮੀ ਮੌਜੂਦ ਨੇ, ਲਾਲੇ ਅਬੈਦੁੱਲਾ ਜਿਹੜੇ ਇੰਟਰਨੈਸ਼ਨਲ ਕਬੱਡੀ ਪਲੇਅਰ ਨੇ, ਉਹਨਾਂ ਦੇ ਉਸਤਾਦ ਮੋਹਤਰਮ ਸਾਡੇ ਨਾਲ ਮੌਜੂਦ ਨੇ, ਔਰ ਚੰਦ ਗੱਲਾਂ ਕਰਾਂਗੇ। ਲਈਏ ਪੱਖਰ ਦੀ ਧਰਤੀ ਤੇ ਅੱਜ ਆਏ ਨੇ, ਔਰ ਇੱਕ ਟੂਰਨਾਮੈਂਟ ਵੇਟ ਦਾ ਟੂਰਨਾਮੈਂਟ 70 ਕਿਲੋ ਦਾ ਟੂਰਨਾਮੈਂਟ ਅੱਜ ਕਰਵਾ ਰਹੇ ਨੇ, ਅੱਜ ਉਹਨਾਂ ਨਾਲ ਗੱਪ ਲਾਉਂਦੇ ਆ ਕਿ ਜਿਹੜੇ ਸਾਡੇ ਇਲਾਕਿਆਂ ਦੇ ਵਿੱਚ ਵੇਟ ਦੇ ਟੂਰਨਾਮੈਂਟ ਖਤਮ ਹੋ ਗਏ ਨੇ, ਉਹਨਾਂ ਦੇ ਹਵਾਲੇ ਕੀ ਕਹਿਣਾ ਚਾਹਣਗੇ? ਅਸਲਾਮ ਵਾਲੇਕੁਮ ਜੀ। ਬਾਬਾ ਕੀ ਹਾਲ ਹੈ, ਖੈਰ ਖਰੀਆ ਦੇ? ਵੇਟ ਦੇ ਪਿੰਡ ਲੈਵਲ ਤੇ ਹੁਣ ਬੱਚੇ ਤਿਆਰ ਜ਼ਿਆਦਾ ਹੁੰਦੇ, ਗਰਾਊਂਡ ਪਿੰਡ ਲੈਵਲ ਤੇ ਕਲੱਬ ਸਿਸਟਮ ਨੇ। ਬਾਬਾ ਜਦੋਂ ਤੁਸੀਂ ਪਹਿਲੇ ਆਉਂਦੇ ਰਹੇ ਹੋ ਸਾਡੇ ਇਲਾਕੇ ਦੇ ਵਿੱਚ, ਜਦੋਂ 2022 ਦੀ ਗੱਲ ਕਰੀਏ, ਜਦੋਂ ਵੇਟਾਂ ਦੇ ਬਹੁਤ ਤਕੜੇ ਮੈਚ ਹੋਏ ਨੇ, ਹੁਣ ਮੈਚ ਨਹੀਂ ਹੋ ਰਹੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੁੰਡੇ ਤੋਂ ਤੁਹਾਨੂੰ ਉਂਝ ਪਰਫਾਰਮ ਨਜ਼ਰ ਆਉਂਦੀ ਮੁੰਡਿਆਂ ਦੀ ਜਾਂ ਕਮੀ ਨਜ਼ਰ ਆਉਂਦੀ? ਨਹੀਂ, ਮੁੰਡਿਆਂ ਕਮੀ ਨਜ਼ਰ ਆਉਂਦੀ। ਅੱਛਾ ਜੀ। ਬਿਲਕੁਲ, ਇਸ ਇਲਾਕੇ 'ਚ ਵੱਡੇ ਪ੍ਰਮੋਟਰ ਕੋਈ ਨਹੀਂ, ਪ੍ਰਮੋਟ ਕੋਈ ਨਹੀਂ ਆ, ਇੱਕ ਬੱਚਾ ਖੇਡਦਾ ਉਹਦੇ ਅੱਛਾ ਖੇਡਦਾ ਪਿਆ ਨਾ, ਉਹਦੇ ਪਿੰਡ 'ਚ ਉਹਦਾ ਪਿੰਡ ਦਾ ਅੱਧਾ ਬੰਦ ਪਿੰਡ ਦੇ ਖਿਲਾਫ ਹੋ ਜਾਂਦਾ, ਇਹ ਕਿਉਂ ਭੈਣ ਚੋਂ ਖੇਡਦਾ, ਇਹ ਹੈ ਉਹ ਆ। ਅਗਰ ਅੱਛਾ ਅਗਰ ਪਿੰਡ ਪ੍ਰਮੋਟ ਕਰੇ, ਬਿਲਕੁਲ ਟੀਮ ਬਣ ਸਕਦੀ, ਬਿਲਕੁਲ ਐਵੇਂ। ਬਾਬਾ ਜਿਹੜੇ ਹੁਣ 2 ਸੈਮੀਫਾਈਨਲ ਹੋਏ ਨੇ, ਮਾਸ਼ਾਅੱਲਾ ਸ਼ਾਨਦਾਰ 4 ਟੀਮਾਂ ਦੇ ਦਰਮਿਆਨ ਸੈਮੀਫਾਈਨਲ ਹੋਏ ਨੇ, ਉਹਨਾਂ 'ਚ ਤੁਹਾਨੂੰ ਕਿਹੜਾ ਮੁੰਡਾ ਚੰਗਾ ਲੱਗਾ ਕਿ ਜਿਹਨੇ ਚੰਗੀ ਕਬੱਡੀ ਖੇਡੀ ਹੋਈ? ਉਹ ਮੁੰਡਾ ਨੇ ਛੋਟੇ ਕੱਦ ਵਾਲਾ, ਮੁਬੈਸ਼ਰ ਸ਼ਾਰ, ਉਹ ਬੱਚੇ ਬਹੁਤ ਅੱਛੀ ਕਬੱਡੀਆਂ ਪਾਈਆਂ, 53 ਕਿਲੋ ਉਹਦਾ ਹੋ ਗਿਆ, 70 ਕਿਲੋ ਕਬੱਡੀਆਂ ਪਾ ਗਿਆ। ਇਹ ਜੇ ਬੱਚੇ ਤਿਆਰ ਹੋਣ ਨਾ, ਅਤੇ ਆਸਤਾ ਆਸਤਾ ਖੁਦ ਹੀ ਬਣ ਜਾਂਦਾ ਪਲੇਅਰ। ਬਾਬਾ ਤੁਸੀਂ ਮਾਸ਼ਾਅੱਲਾ, ਤੁਹਾਡੀ ਗੋਦ 'ਚੋਂ ਇੰਟਰਨੈਸ਼ਨਲ ਪਲੇਅਰਾਂ ਨੇ ਇੱਕ ਪੈਦਾ ਹੋਏ ਨੇ, ਉਹਨਾਂ ਨੂੰ ਤੁਸੀਂ ਕਬੱਡੀ ਸਿਖਾਈ, ਇੱਕ ਜਨਮ ਦਿੱਤਾ, ਤੁਸੀਂ ਇਹ ਦੱਸੋ ਵੀ ਲਈਏ ਪੱਖਰ 'ਚ ਕਿਵੇਂ ਕਬੱਡੀ ਹੋਣੀ ਚਾਹੀਦੀ, ਕਿਸ ਤਰੀਕੇ ਨਾਲ ਅਗਰ ਕਬੱਡੀ ਹੋਵੇ ਤਾਂ ਕਬੱਡੀ ਪ੍ਰਮੋਟ ਹੋ ਸਕਦੀ? ਇਹ ਜਿਹੜੀ ਕਬੱਡੀ ਹੈ ਨਾ ਲਈਏ ਪੱਖਰ ਦੀ, ਅਗਰ ਦਿਹਾਤੀ ਲੈਵਲ 'ਤੇ ਕਰਾਈ ਜਾਵੇ ਨਾ, ਆਪਣੇ ਦਿਹਾਤੀ ਲੈਵਲ 'ਤੇ 15 ਟੀਮਾਂ, 10 ਟੀਮਾਂ, 2 ਟੀਮਾਂ, 5 ਟੀਮਾਂ, ਸਦਨ ਦਿਹਾਤੀ ਲੈਵਲ 'ਤੇ ਚੱਕ ਲੈਵਲ 'ਤੇ ਆ ਜਾਣ, ਉਹਨੂੰ ਪਤਾ ਲੱਗ ਬੱਚਿਆਂ ਨੂੰ ਮੈਂ ਖੇਡਣਾ। ਜਦੋਂ ਬੱਚੇ ਨੇ ਖੇਡਣਾ ਹੀ ਉੱਪਰ, ਦੇਖਿਓ 2 ਟੀਮਾਂ ਬਣ ਗਈ, 2 ਟੀਮਾਂ ਬਣ ਗਈ, ਫੈਸਲਾ ਬਾਬਾ ਦੌੜ ਗਿਆ, ਕੋਈ ਕਿਤੇ ਲੈਂਦਾ ਕਿਤੇ ਲੈਂਦਾ, ਉਹ ਬੱਚੇ ਅੱਗੇ ਨਹੀਂ ਆ ਰਹੇ। ਪਿੰਡ ਲੈਵਲ ਕਰੋ, ਆਪਣੇ ਦਿਹਾਤੀ ਲੈਵਲ ਕਰੋ, ਬੱਚਿਆਂ ਨੂੰ ਸ਼ੌਕ ਸ਼ੌਰ ਪੈਦਾ ਹੋਵੇ ਕਿ ਮੈਂ ਖੇਡਣਾ, ਮੇਰਾ ਕੋਚ ਖਿਡਾ ਰਿਹਾ, ਮੈਨੂੰ ਮੇਰਾ ਪਿੰਡ ਖਿਡਾ ਰਿਹਾ, ਮੇਰਾ ਮਾਂ ਬਾਪ ਖਿਡਾ ਰਿਹਾ, ਉਹ ਖੇਡਦਾ। ਬਾਬਾ ਤੁਹਾਨੂੰ ਇੱਥੇ ਸਾਰੇ ਮੁਹੱਬਤ ਦਿੰਦੇ ਨੇ, ਲੇਕਿਨ ਖਾਸ ਬੰਦਾ ਜਿਹੜਾ ਲਈਏ ਪੱਖਰ ਹੀ ਤੁਹਾਨੂੰ ਮੁਹੱਬਤ ਦਿੰਦਾ ਹੋਵੇ? ਉਹ ਜੀ 90 ਵਾਲੇ ਵੀ ਦਿੰਦੇ ਆ। 90 ਵਾਲਿਆਂ ਦੀ ਕਿਆ ਬਾਤ ਹੈ, 90 ਵਾਲੇ। ਅੱਛਾ ਬਾਬਾ ਕੀ ਗੱਲ ਕਰੀਏ, ਅੱਛਾ ਮਾਸ਼ਾਅੱਲਾ, ਤੇ ਗੱਲ ਕਰੀਏ ਲਾਲੇ ਅਬੈਦੁੱਲਾ ਦੀ, ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹ ਬੰਦਾ ਵੀ ਇੱਕ ਪਲੇਅਰ ਬਣ ਸਕਦਾ? ਪਹਿਲੇ ਕੀ ਕਰਦਾ ਸੀ ਕਬੱਡੀ ਤੋਂ ਪਹਿਲੇ? ਉਹ ਲਾਲਾ ਅਬੈਦੁੱਲਾ ਫਿਕਸਲ ਸੀਗਾ ਦਰਸ 'ਚ। ਅੱਛਾ ਜੀ। ਪੜ੍ਹਦਾ ਹਾਫ 'ਚ ਕੁਰਾਨ ਪੜ੍ਹਦਾ, ਉਹਦਾ ਅੱਬੇ ਵਾਲਦ ਨੇ ਕਿਹਾ ਮੈਂ ਮੌਲਵੀ ਬਣਾਉਣਾ। ਅੱਛਾ ਜੀ। ਲੇਕਿਨ ਉਹਦਾ ਫੀਲਡ ਸੀ ਖੇਡਣ ਵਾਸਤੇ, ਉਹਦਾ ਇੱਕ ਸ਼ੌਕ ਸੀ ਖੇਡਣ ਵਾਸਤੇ। ਅੱਛਾ ਜੀ। ਉਹ ਆਇਆ ਆ ਕੇ ਤਾਂ ਮੈਨੂੰ ਕਹਿੰਦਾ ਉਸਤਾਦ ਜਿਵੇਂ ਕਬੱਡੀ ਖੇਡਣੀ ਉੱਥੇ ਵੀ ਖੇਡਣਾ।
ਯਾਨੀ ਕਿ ਵਾਲਿਦ ਸਾਹਿਬ ਨਹੀਂ ਸੀ ਮੰਨਦਾ? ਨਹੀਂ ਮੰਨਦਾ, ਉਹ ਕਹਿੰਦੇ ਸੀ ਅਸੀਂ ਇਹਨੂੰ ਪੜ੍ਹਾਉਣਾ ਅਤੇ ਹਾਫ 'ਚ ਕੁਰਾਨ ਬਣਾ ਕੇ ਮਸਜਿਦ ਦੇ ਇਮਾਮ 'ਚ ਰੱਖਣਾ। ਅਤੇ ਲੇਕਿਨ ਉਹਨੇ ਐਸੀ ਫੀਲਡ ਮੈਨੂੰ ਦਿਖਾਈ ਹੈ, ਉਹਨੂੰ ਮੈਂ ਸਖਤੀ ਬਹੁਤ ਕੀਤੀ ਆ ਦੌੜੇ ਗਰਾਊਂਡ 'ਚੋਂ, ਲੇਕਿਨ ਉਹ ਨਹੀਂ ਦੌੜਿਆ। ਉਹਨੇ ਕਿਹਾ ਉਸਤਾਦ ਜੀ ਮੈਂ ਕਬੱਡੀ ਖੇਡਣੀ ਹੈ, ਨਾਲੇ ਮੈਨੂੰ ਰਾਤੀ ਘੁੱਟਦਾ ਸੀ ਉਹ ਆਪਣੇ ਬੈਠ ਕੇ ਨਾਲ ਰੋਣ ਲੱਗ ਪਿਆ, ਉਸਤਾਦ ਜੀ ਮੈਂ ਕਬੱਡੀ ਖੇਡਣੀ। ਅਤੇ ਮੈਂ ਉਹਦੇ ਬਲਦ ਨੂੰ ਆਖਿਆ, ਮੈਂ ਕਿਹਾ ਚੌਰ ਸਾਹਿਬ ਮੈਂਬਰ ਸਾਹਿਬ ਜਿਹੜਾ ਬੱਚਾ ਖੇਡਣ ਵਾਲਾ ਤੇਰਾ ਇਨਸ਼ਾਅੱਲਾ ਕਬੱਡੀ ਖੇਡੇਗਾ, ਇਹਨੂੰ ਤੋਂ ਉੱਥੋਂ ਲਿਆ। ਬਾਬਾ ਪਹਿਲਾ ਮੈਚ ਲਾਲੇ ਬੈਦੁਲੇ ਦਾ ਕਿਹੜਾ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਮਾਸ਼ਾਅੱਲਾ ਇਹ ਹੁਣ ਪਿੱਛੇ ਨਹੀਂ ਰਹਿੰਦਾ, ਇਹ ਦੁਨੀਆ ਦਾ ਸਟਾਰ ਬਣੇਗਾ? ਉਹ ਹੋਇਆ ਸੀ ਝੰਗ ਗਰਾਊਂਡ 'ਤੇ, ਚਰਚੀ ਗਰਾਊਂਡ 'ਤੇ। ਅੱਛਾ ਜੀ। ਮਨਸ਼ਾ ਜਾਫੀ ਸੀ ਪਾਕਿਸਤਾਨ ਲੈਵਲ ਦਾ, ਕਿਉਂ? ਹਾਂਜੀ। ਤਾਂ ਮੈਂ ਉਹਨੂੰ ਆਖਿਆ ਬੈਦੁਲਾ ਮਨਸ਼ਾ ਬਹੁਤ ਅੱਛਾ ਜਾਫੀ, ਸਹੀ ਜਾਫੀ ਆ, ਲੇਕਿਨ ਤੂੰ ਇਹ ਤੋਂ ਜੱਫਾ ਨਾ ਖਾਵੇਂ ਤੇਰਾ ਨਾਂ ਟੰਗਿਆ ਜਾਣਾ। ਕੀ ਬਾਤ ਹੈ! ਉਹਨੇ ਜੱਫਾ ਨਹੀਂ ਤੋਂ ਖਾਧਾ, ਇੱਕ ਲੋਕਲ ਜਿਹਾ ਬੰਦਾ ਅਕਸਰ ਗੁੱਜਰ ਉੱਥੇ ਦਾ ਮੂਹਰੇ ਵਾਲੇ ਦਾ, ਉਹਨੂੰ ਜੱਫਾ ਕੱਢ ਗਿਆ। ਮੈਂ ਕਿਹਦੀ ਖੈਰ, ਮਨਸ਼ਾ ਨਾ ਕੱਢੇ। ਕਿਆ ਬਾਤ! ਮਨਸ਼ਾ ਨੇ ਜੱਫਾ ਕੋਈ ਨਹੀਂ ਕੀਤਾ, ਉਹ ਨਜ਼ਰਾਂ 'ਚ ਲੋਕਾਂ ਦੀ ਆ ਗਿਆ, ਉਹਨਾਂ ਨੂੰ ਪਾਕਿਸਤਾਨ ਦੇ ਸਟਾਰ ਬਣ ਗਿਆ। ਬਾਬਾ ਇਹ ਤੋਂ ਇਲਾਵਾ ਤੁਹਾਡੇ ਪਾਕਿਸਤਾਨ ਦੇ ਵਿੱਚ ਕਿਹੜੇ ਕਿਹੜੇ ਸ਼ਾਗਿਰਦ ਰਹੇ ਨੇ? ਸ਼ਾਗਿਰਦ ਮੇਰੇ ਕੋਲ ਸ਼ਾਹ ਜੱਟ ਰਿਹਾ ਕੈਂਪ ਜਿਹੜਾ ਆਰਮੀ 'ਚ। ਅੱਛਾ ਜੀ। ਇੱਕ ਇਰਫਾਨ ਮੁੰਡਾ ਰਿਹਾ, ਅਤੇ ਲੇਕਿਨ ਸਾਡੇ ਇਲਾਕੇ 'ਚ ਕਬੱਡੀ ਹੈ, ਮੇਰੇ ਲੋਕ ਹਜ਼ਾਰ ਕਰ ਰਹੇ ਆ। ਇਸ ਵਕਤ ਮੁੰਡਾ ਆ ਗਿਆ ਆ ਰਿਹਾ ਸਾਡਾ ਮੁੰਡਾ ਕਾਕਾ ਜੱਟ ਸਾਡੇ ਇਲਾਕੇ ਦਾ। ਹਾਂਜੀ। ਉਹ ਮੁੰਡਾ ਅੱਛਾ ਆ ਰਿਹਾ, ਇੱਕ ਫਾਦ ਮੁੰਡਾ ਸਾਡੇ ਨਾਲ ਦੇ ਪਿੰਡ ਜੱਟ, ਉਹ ਮੇਰਾ ਸ਼ਾਗਿਰਦ ਦਾ। ਇੱਕ ਅਲੀਮ ਟੋਕਾ ਅੱਜ ਕੱਲ੍ਹ ਉਹ ਮੇਰਾ ਪਿੰਡ ਦਾ, ਮੇਰਾ ਭਤੀਜਾ ਵੀ ਮੇਰਾ ਸ਼ੇਰ ਦੀ ਹੈ। ਅੱਗੇ ਜਿਹਨੇ ਜੱਟ ਕਰ ਰਿਹਾ ਮੇਰੇ ਪਿੰਡ ਦਾ, ਮੇਰਾ ਭਤੀਜਾ ਉਹ ਵੀ ਅੱਗੇ ਆ ਰਿਹਾ ਇਨਸ਼ਾਅੱਲਾ। ਦੇਖੋ ਸੱਟ ਲੱਗ ਗਈ ਸੀ, ਇਨਸ਼ਾਅੱਲਾ ਉਹ ਸਹੀ ਹੋ ਗਿਆ ਤਾਂ। ਬਾਬਾ ਜਿੰਨੀ ਮੁਹੱਬਤ ਜਦੋਂ ਟ੍ਰੇਨਿੰਗ ਪਈ ਲਾਲੇ ਬੈਦਲੇ ਨੇ ਸਟਾਰਟ ਕੀਤੀ, ਜਿੰਨੀ ਮੁਹੱਬਤ ਉਦੋਂ ਕਰਦਾ ਸੀ ਹੁਣ ਉਨੀ ਮੁਹੱਬਤ ਕਰਦੇ ਨੇ, ਜਾਂ ਹੁਣ ਇਹ ਨਹੀਂ ਕਹਿੰਦੇ ਕਿ ਮੇਰਾ ਉਸਤਾਦ ਹੈ ਕਿ ਨਹੀਂ? ਨਹੀਂ ਨਹੀਂ, ਅਲਹਮਦੁਲਿਲਾ ਉਹ ਉਸਤਾਦ, ਉਹਦੇ ਨਾਲ ਬਹੁਤ ਹੀ ਕਰਦੇ। ਅੱਛਾ ਜੀ। ਸਾਰੇ ਭਰਾ ਮੇਰੇ ਗੱਡੀ ਦਾ ਕੋਈ ਨਹੀਂ ਬੋਲਦਾ, ਮੈਂ ਗਾਲਾਂ ਵੀ ਕੱਢ ਲਵਾਂ, ਚਪੇੜਾਂ ਮਾਰਨਾ ਜੋ ਮਰਜ਼ੀ ਕਰ ਲਓ, ਉਹ ਬੰਦੇ ਨੇ ਮੇਰੇ ਖੇਲ। ਉਹ ਖੇਡਿਆ, ਲੋਕਾਂ ਨੇ ਉਸਤਾਦਾਂ ਨੂੰ ਛੱਡਤਾ, ਬਿਲਕੁਲ ਐਵੇਂ ਆ, ਹਰ ਸ਼ਾਗਿਰਦ ਨੇ ਉਸਤਾਦ ਛੱਡਿਆ, ਚੇਂਜ ਕੀਤਾ ਉਸਤਾਦ। ਪਾਕਿਸਤਾਨ ਦੇ ਜਾ ਕੇ ਤਾਂ ਬੋਲੋ, ਹਰ ਬੰਦਾ ਆਪਣੇ ਉਸਤਾਦ ਨੂੰ ਕੰਡ ਦੇ ਉੱਤੇ ਸਾਈਡ 'ਤੇ ਹੋ ਗਿਆ, ਲੇਕਿਨ ਉਹ ਮੇਰੇ ਸ਼ਾਗਿਰਦਾਂ ਮੈਨੂੰ ਕੰਡ ਦਿੱਤੇ। ਕੀ ਬਾਤ! ਉਹਨਾਂ ਨੇ ਮੈਨੂੰ ਕੰਡ। ਬਾਬਾ ਪਾਕਿਸਤਾਨ ਲੈਵਲ 'ਤੇ ਬਹੁਤ ਹੀ ਤੁਹਾਡੇ ਦੌਰ ਦੇ ਜਿਹੜੇ ਤੁਹਾਡੇ ਸ਼ਾਗਿਰਦ ਤਿਆਰ ਕੀਤੇ ਨੇ, ਜਦੋਂ ਲਾਲੇ ਬੈਦੁਲੇ ਨੇ ਰੂਜ 'ਤੇ ਕਬੱਡੀ ਖੇਡੀ, ਬਹੁਤ ਤਕੜੇ ਪਲੇਅਰ ਸੀ, ਹੁਣ ਤਕੜਾ ਪਲੇਅਰ ਤੁਹਾਨੂੰ ਫੇਵਰੇਟ ਪਲੇਅਰ ਤੁਹਾਡਾ ਕਿਹੜਾ ਕਿਹੜਾ ਤਕੜਾ ਖੇਡ ਰਿਹਾ? ਮੇਰੇ ਵੇਖਣ 'ਚ ਆ ਸਕਦਾ ਬਲਾਲ ਢਿੱਲੋਂ ਖੇਡ। ਕੀ ਬਾਤ! ਬਲਾਲ ਢਿੱਲੋਂ ਅਣਖਣਾ ਖੇਡਦਾ, ਉਹਦਾ ਨਾਂ ਆ ਕੀ ਰੱਖਿਆ, ਅਣਖੀ ਪਲੇ, ਅਣਖੀ ਜਾ, ਬਿਲਕੁਲ ਐਵੇਂ। ਉਹ ਜਿਹੜਾ ਜੱਫਾ ਜਿਹਨੂੰ ਸਹੀ ਜਾਫੀ ਕੱਢ ਲਵੇ ਨਾ, ਕਹਿੰਦਾ ਇਹਨੂੰ ਮੈਂ ਹੁਣ ਚੀਰ ਹੀ ਖੇਡਣਾ। ਕੀ ਬਾਤ! ਉੱਥੇ ਤੁਨ ਤੁਨ ਕੇ ਗੁੱਡੀ ਅਗਲਾ ਪਾਉਂਦਾ। ਬਾਬਾ ਹੁਣ ਵੇਖੋ ਨਾ, ਯੰਗ ਪਲੇਅਰ ਜਿਹੜੇ ਮੈਡੀਸਨ ਇਸਤੇਮਾਲ ਕਰਦੇ ਨੇ, ਜੋ ਤੁਸੀਂ ਲਾ ਲਿਆ ਬੈਦੁਲੇ ਨੂੰ ਇੱਕ ਦੁਨੀਆ ਦਾ ਸਟਾਰ ਬਣਾਇਆ, ਉਦੋਂ ਵੀ ਇਹ ਕੰਮ ਹੋਇਆ ਸੀ ਜਾਂ ਇਹ ਹੁਣ? ਨਹੀਂ ਨਹੀਂ, ਮੇਰੇ ਵੇਖਣ 'ਚ ਮੈਂ ਤਾਂ ਕੋਈ ਨਹੀਂ ਲੋਇਆ, ਮੈਂ ਤਾਂ ਟੀਕਾ ਵੀ ਨਹੀਂ ਲਾਉਣਾ ਤੁਹਾਨੂੰ। ਕੀ ਬਾਤ! ਗੋਲੀ ਵੀ ਨਹੀਂ ਖਾਣਦਾ, ਮੈਂ ਕਿਹਾ ਨਹੀਂ, ਉਦਾਂ ਕਬੱਡੀ ਪਾ, ਦੇਸੀ ਕਬੱਡੀ, ਦੇਸੀ ਦੇਸੀ। ਅੱਛਾ ਜੀ। ਔਰ ਸੁਜਾ ਗੁੱਜਰ ਬਹੁਤ ਤਗੜਾ ਖੇਡ ਪਲੇਅਰ ਆ ਉਸ ਇਲਾਕੇ, ਐਵੇਂ ਗੱਲ ਆ, ਸ਼ਰਫ ਜੰਜੂਆ ਬਹੁਤ ਤਗੜਾ ਜਾਫੀ ਹੋਇਆ। ਹਾਂਜੀ, ਠੀਕ ਆ, ਬਹੁਤ ਬਹੁਤ ਤਗੜੇ ਜਾਫੀ ਹੋਏ, ਲੇਕਿਨ ਬੈਦੁੱਲਾ ਨੇ ਉਹਨੂੰ ਨਹੀਂ ਦਾਵਾ ਦਿੱਤੀ। ਕੀ ਬਾਤ ਹੈ! ਅਤੇ ਬਾਕੀ ਜਿਹੜੀ ਇਹ ਨਾ ਸਾਡੇ ਪਾਕਿਸਤਾਨ ਕਬੱਡੀ ਦਾ ਰੁਝਾਨ, ਉਹ ਹਰ ਬੱਚੇ ਕੋਲ ਹੈਗਾ, ਲੇਕਿਨ ਪ੍ਰਮੋਟ ਕਰਦਾ ਕੋਈ, ਬਿਲਕੁਲ ਐਵੇਂ ਇਹ ਲਈਏ ਕਬੱਡੀ ਹੋ ਸਕਦੀ ਹੈ, ਬਿਲਕੁਲ ਬਹੁਤ ਜ਼ਿਆਦਾ ਹੋ ਸਕਦੀ, ਲੇਕਿਨ ਪਿੰਡ ਮਗਰੋਂ ਆਸਰਾ ਕਰ, ਯਾਨੀ ਕਿ ਤੁਸੀਂ ਕਹਿੰਦੇ ਪਿੰਡ ਆਸਰਾ ਨਹੀਂ ਕਰਦਾ, ਪਿੰਡ ਪ੍ਰਮੋਟਰ ਨਹੀਂ, ਪਿੰਡ ਖੜਾ ਨਹੀਂ ਹੁੰਦਾ, ਪ੍ਰਮੋਟਰ ਨਹੀਂ, ਬੱਚੇ ਜਿਹੜੇ ਵੀ ਖੇਡ ਰਹੇ ਨੇ ਆਪਣੇ ਮੂੰਹ ਸਿਰ ਤੇ ਖੇਡ ਰਹੇ ਨੇ, ਕਿੱਡਾ ਅੱਛਾ ਇਵੈਂਟ ਹੋਇਆ। ਹਾਂਜੀ, ਬਿਲਕੁਲ, ਕਿਸੇ ਨੇ 5 ਰੁਪਏ ਦਿੱਤੇ, ਸਹੀ ਗੱਲ, ਦਿੱਤੇ ਗੱਲ ਕਰੋ, ਜੱਫੇ ਹੋਏ ਆ, ਬਿਲਕੁਲ ਸਾਹਿਬ ਭਾਜੀ ਆ, ਜਿੱਧਰ ਆ ਉੱਥੇ ਬੈਠੀ ਕੁਰਸੀਆਂ ਤੇ, ਬਿਲਕੁਲ ਪੁੱਛਦੀ ਨਹੀਂ, ਬੱਚੇ ਹੱਕ ਬਣਦਾ 10 ਰੁਪਏ ਲੈਣੇ ਆ, ਬਿਲਕੁਲ ਐਵੇਂ, ਹੁਣ ਛੋਟਾ ਮੁੰਡਾ ਖੇਡ ਗਿਆ, ਜਿਹੜਾ ਚੰਗਾ ਪਰਫਾਰਮ ਕਰੇ ਉਹਦਾ ਹੱਕ ਬਣਦਾ, ਉਹਦੀ ਸਪੋਰਟ ਕਰੋ, ਬਿਲਕੁਲ, ਉਹਨੇ ਇੱਥੇ 2-400 ਹੋ ਜਾਂਦਾ ਉਹਨੇ ਖੁਸ਼ ਹੋਣਾ, ਲੇਕਿਨ ਕਾਹਦੀ ਕੋਈ ਕਬੱਡੀ, ਇਹ ਤਾਂ ਬੱਚੇ ਜਿਹੜੇ ਨਿਕਲ ਗਏ ਨਾ ਲੀਏ ਪਕੜੇ ਆਰਮੀ 'ਚ ਚਲ ਗਏ, ਹਾਂਜੀ, ਅੱਗੇ ਪਿੱਛੇ ਚਲ ਗਏ, ਉਹ ਯਾਰ ਆਪਣੇ ਰੋਜ਼ ਹੀ ਕਮਾ ਰਿਹਾ, ਬਿਲਕੁਲ, ਉਹ ਆਪਣੇ ਆਪਣੇ ਖੁਦ ਕਰਕੇ ਕਮਾ ਰਿਹਾ ਘਰ। ਬਾਬਾ ਜੀ ਗੱਲ ਕਰੀਏ ਕੋਚਾਂ ਦੀ, ਜਿਹੜੇ ਲਈਏ ਪੱਖਰ ਦੇ ਵਿੱਚ ਕੋਚ ਨੇ, ਤੁਹਾਡਾ ਫੇਵਰੇਟ ਕੋਚ ਕਿਹੜਾ? ਮੇਰੇ ਫੇਵਰੇਟ ਕੋਚ ਕੋਈ ਵੀ ਨਹੀਂ, ਕੋਈ ਵੀ ਨਹੀਂ ਜੀ, ਉਸ ਮਿਆਰ 'ਤੇ ਜਿਵੇਂ ਤੁਸੀਂ ਕਹਿੰਦੇ ਉਸ ਮਿਆਰ 'ਤੇ ਕੋਈ ਟ੍ਰੇਨਿੰਗ ਨਹੀਂ, ਕੋਈ ਨਹੀਂ, ਸਹੀ ਹੈ ਜੀ। ਕੋਚਾਂ ਨੂੰ ਕੀ ਪੈਗਾਮ ਆ ਜਿਹੜੇ ਖਿਲਾੜੀਆਂ ਨੂੰ ਤੁਸੀਂ ਪਰਫਾਰਮ ਕੀਤਾ? ਇੱਕ ਬੰਦਾ ਆਇਆ ਤੁਹਾਡੇ ਇਲਾਕੇ 'ਚ, ਹਾਂਜੀ, ਇਸ਼ਤਿਆਕ ਨਹੀਂ ਰਾਣਾ, ਹਾਂਜੀ, ਉਹ ਬੰਦੇ ਮਾੜੇ ਹੈਲਪ ਹੀ ਕਰਦਾ, ਉਹਦੇ ਮਗਰ ਜਾਂਦਾ, ਸਹੀ ਹੈ, ਬੱਚੇ ਤਿਆਰ ਵੀ ਕਰਦਾ, ਬਿਲਕੁਲ, ਔਰ ਜਿੰਨੀ ਕੁ ਉਹਦੀ ਹਿੰਮਤ ਆਇਆ ਨਾ ਬੱਚੇ ਨੂੰ ਰੁਜ਼ਗਾਰ ਦੇਣ ਦੀ, ਬਿਲਕੁਲ, ਆਰਮੀ ਤੱਕ ਧੱਕਾ ਲਵਾਉਂਦਾ ਲੱਗਦਾ, ਬਿਲਕੁਲ ਐਵੇਂ। ਅਤੇ ਬਾਬਾ ਤੁਸੀਂ ਮਾਸ਼ਾਅੱਲਾ ਇੰਨੀ ਤਕੜੀ ਕਬੱਡੀ ਖੇਡੀ, ਹੁਣ ਤੁਹਾਡੇ ਕੋਈ ਬੱਚੇ ਵੀ ਇਸ ਫੀਲਡ 'ਚ ਆਏ ਨੇ? ਮੈਂ ਇੱਕ ਮੁੰਡਾ ਮੇਰਾ ਅਲਹਮਦੁਲਿਲਾ ਖੇਡ ਰਿਹਾ, ਹਾਂਜੀ, ਲੇਕਿਨ ਉਹ ਮੇਰੇ ਮੁਤਾਬਕ ਨਹੀਂ ਖੇਡਦਾ, ਮੈਂ ਤਾਂ ਬੜੇ ਕੱਢਦਾ ਕੁੜੀ ਹੈ, ਮੇਰਾ ਨਾਂ ਵੀ ਖਰਾਬ ਕਰਨ ਲੱਗਾ, ਸਹੀ ਗੱਲ, ਲੇਕਿਨ ਨਹੀਂ ਉਹ ਕਹਿੰਦਾ ਬੁਈ ਖੇਡਣੀ ਆ, ਇਨਸ਼ਾਅੱਲਾ ਖੇਡੇਗਾ, ਖੇਡੇਗਾ ਜੀ, ਖੇਡੇਗਾ, ਕੈਮ ਹੈ ਪੂਰਾ ਕੈਮ, 5 ਫੁੱਟ 10 ਇੰਚ ਉਹਦਾ ਕੱਦ ਆ,
ਮੈਡੀਸਨ ਅਸੀਂ ਟੀਕੇ ਲਾ ਕੇ ਖੇਡਣੇ ਉਹ ਹਾਰਡ ਹੋ ਜਾਂਦਾ ਬਿਲਕੁਲ ਉਹ ਪੱਠੇ ਹਾਰਡ ਕਰਦੇ ਘੰਟਾ ਕਰਦੇ ਅੱਧਾ ਘੰਟਾ ਕਰਦੇ ਉਹ ਹਾਰਡ ਕਰ ਦਿੰਦਾ ਘਿਓ ਦੀ ਕਬੱਡੀ ਦੁੱਧ ਦੀ ਕਬੱਡੀ ਹੋਰ ਆ ਟੀਕੇ ਦੀ ਕਬੱਡੀ ਹੋਰ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਇੰਜਰੀ ਇਸ ਵਜ੍ਹਾ ਤੋਂ ਹੋ ਰਹੀ ਇਸ ਵਜ੍ਹਾ ਹਾਂ ਅਸੀਂ ਟੀਕਾ ਲਾ ਕੇ ਖੇਡਦੇ ਹਾਂਜੀ ਅਤੇ ਟੀਕੇ ਹਾਰਡ ਕਰ ਦਿੰਦੇ ਆ ਗੋਡੇ ਪੱਠੇ ਹਾਰਡ ਕਰ ਦਿੰਦੇ ਆ ਉਹ 30 ਮਿੰਟ ਵਾਸਤੇ ਲਾ ਲਾ 45 ਮਿੰਟ ਵਾਸਤੇ ਉਹ ਹਾਰਡ ਹੋ ਜਾਂਦਾ ਜਦੋਂ ਬੰਦਾ ਛੰਡ ਮਾਰਦਾ ਸਾਈ ਉਹਦਾ ਪੱਠਾ ਟੁੱਟ ਜਾਂਦਾ ਸਹੀ ਹੈ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ।